ਆਦੋ ਸੱਚ ਜੁਗਾਦ ਸੱਚ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਹਉ ਆਇਆ ਦੂਰ ਚਲ ਕੈ ਮੈਂ ਤਕੀ ਤੋ ਸ਼ਰਨਾਏ ਜਿਓ ਮੈਂ ਆਸ ਰੱਖੀ ਚਿਤਮੈਂ ਮੇਰੋ ਸਭੋ ਦੁੱਖ ਗਵਾਏ ਜੀਓ ਤਨ ਵਾਹਿਗੁਰੂ ਸਾਹਿਬ ਜੀਓ ਇੱਕ ਦੂਜੀ ਪੌ ਲੱਖ ਹੋਏ ਲੱਖੋਂ ਵੈ ਲਖ ਵੀਸ ਲਖ ਲਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤਰਾ ਪਤ ਪਵੜੀ ਆ ਚੜੀਏ ਹੋਏ ਅਕੀਸ ਸੋਨਗਲਾ ਆਕਾਸ਼ ਕੀ ਈਤਾ ਆਇਰੀਸ ਨਾਨਕ ਨਦਰੀ ਪਾਈ ਐ ਕੁੜੀ ਕੁੜਾ ਠੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ ਮੁਬਾਰਕ ਨਿਗੀ ਕੋਦ ਅੰਦਰ ਸਵਾਇਵਾਨ ਅਤ ਸਤਿਕਾਰਯੋਗ ਸਤਸੰਗੀ ਜਨੋ ਬੜੇ ਹੀ ਵੱਡੇ ਭਾਗਾ ਵਾਲੇ ਹੋ ਜੋ ਰੋਜ਼ਾਨਾ ਹੀ ਗੁਰੂ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਉਹਨਾਂ ਅਮੋਲਕ ਘੜੀਆਂ ਨੂੰ ਸਤਿਗੁਰੂ ਦੀ ਅਗੰਮੀ ਅਲਾਹੀ ਬਾਣੀ ਦੇ ਨਾਲ ਅਸੀਂ ਸਾਰੇ ਜਾਣੇ ਸਵਾਰਨ ਦਾ ਯਤਨ ਕਰਦੇ ਹਾਂ ਪਾਗਾ ਵਾਲੇ ਗੁਰਸਿੱਖੋ ਪਾਤਸ਼ਾਹ ਜੀ ਨੇ ਜੋ ਜਪ ਬਾਣੀ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਹੈ ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਅਦੀਨ ਕਲ ਦੇ دیਵਾਨਾ ਵਿੱਚ ਆਪਾਂ 31 ਨੰਬਰ ਪੌੜੀ ਦੀ ਵਿਚਾਰ ਕੀਤੀ ਸੀ ਅੱਜ ਆਪਾਂ 32 ਨੰਬਰ ਪੌੜੀ ਦੀ ਵਿਚਾਰ ਕਰਨੀ ਹੈ ਇਸ ਪੌੜੀ ਦੇ ਅੰਦਰ ਪਾਤਸ਼ਾਹ ਜੀ ਨੇ ਜਿਹੜਾ ਬਚਨ ਕਿਹਾ ਨਾ ਮਹਾਰਾਜ ਕਹਿਣ ਲੱਗੇ ਜੇ ਕੋਈ ਰੱਬ ਨੂੰ ਪਾਉਣ ਲਈ ਗਿੰਤੀਆਂ ਮਿੰਤੀਆਂ ਦੇ ਚੱਕਰ 'ਚੇ ਪੈ ਜਾਏ ਤੇ ਕਹਿਣ ਲੱਗੇ ਸਿਰਫ ਤੇ ਸਿਰਫ ਬੰਦੇ ਦੇ ਪੱਲੇ ਖਵਾਰੀ ਪੱਲੇ ਪੈ ਗਈ ਤੁਸੀਂ ਦੇਖਣਾ ਅੱਜ ਸਾਡੇ ਬਾਕੀ ਮਤਾਂ ਦੇ ਵਿੱਚ ਬਾਕੀ ਧਰਮਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਅੱਜ ਇਹ ਕੰਮ ਸਿੱਖਾਂ ਦੇ ਵਿੱਚ ਵੀ ਆ ਗਿਆ ਅਸੀਂ ਕੀ ਹੈ ਗਿੰਤੀਆਂ-ਬਿੰਤੀਆਂ 'ਚ ਪੈਣ ਲੱਗ ਗਏ ਆ ਰੱਬ ਨਾਲ ਸੌਦੇਬਾਜ਼ੀ ਕਰਨ ਲੱਗ ਗਏ ਕਈ ਵਾਰ ਤਾਂ ਬੰਦੇ ਇਹ ਕਹਿ ਦਿੰਦੇ ਜੇ ਰੱਬਾ ਤੂੰ ਅਸੀਂ ਖੰਡ-ਪਾਟ ਕਰਾਵਾਂਗੇ ਸਾਡਾ ਆ ਕੰਮ ਪੂਰਾ ਕਰ ਦੇ ਇਹ ਗੱਲ ਕੋਈ ਦੁਹਰਾਏ ਨਹੀਂ ਆ ਮੰਗਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੀ ਆ ਅਰਦਾਸ ਬੇਨਤੀ ਅਸੀਂ ਗੁਰੂ ਪਰ ਆ ਜਿਹੜੇ ਲੋਕ ਚਿਗਲਿਏ ਸੁਖਣੇ ਸ਼ੁਰੂ ਕਰ ਦਿੱਤੇ ਜਿਵੇਂ 40 ਦਿਨ ਜਾਵਾਂਗਾ ਜੀ ਮਹਾਰਾਜ ਮੈਂ ਇੰਨੇ ਦਿਨ ਆਵਾਂਗਾ ਮੈਂ ਨੰਗੇ ਪੈਰੀ ਆਵਾਂਗਾ ਕਿਉਂਕਿ ਇਹ ਕਰਮ ਗੁਰਬਾਣੀ ਨੇ ਨਹੀਂ ਦੱਸੇ ਸਤਿਗੁਰੂ ਦੀ ਬਾਣੀ ਨੇ ਤਾਂ ਇਹ ਕਰਮ ਕਾંડ kia ਮੰਨ ਲਓ ਕੋਈ 40 ਦਿਨ ਆ ਰਿਹਾ 40 ਦਿਨ ਬੰਦੇ ਦਾ ਕੰਮ ਨਾ ਕੋਈ ਹੋਇਆ ਜਦ ਕਿਉਂਕਿ ਗੁਰਨਾਨਕ ਦੇ ਘਰ ਦੇਰ ਤਾਂ ਹੋ ਸਕਦੀ ਹੈ ਸੰਗਤ ਜੀ ਅੰਧੇਰ ਨਹੀਂ ਹੈ ਇਹ ਨਹੀਂ ਹੈ ਕਿ ਕਿਸੇ ਦੇ ਘਰ ਜੇ ਕਿਸੇ ਦੇ ਘਰ ਦੇ ਵਿੱਚ ਔਲਾਦ ਨਹੀਂ ਹੈ ਉਹਨੇ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਨੇ ਉਹਦੀ ਪੂਰੀ ਕਰ ਦਿੱਤੀ ਪਰ ਜੇ ਕੋਈ ਇਹ ਗੱਲ ਮਨੋਂ ਕਰਕੇ ਆਵੇ ਕਿ ਮੈਂ 40 ਦਿਨ ਤਾਂ ਆਵਾਂਗਾ ਜੇ ਮੇਰਾ ਕੰਮ ਹੋਏਗਾ। ਹਜੂਰ ਪਾਤਸ਼ਾਹ ਦੀ ਬਾਣੀ ਪੜੋ ਮਾਰੇ ਤੇ ਕਹਿੰਦੇ ਆਠ ਪੈਰ ਅਰਾਧਿ ਹੈ। ਪੂਰਨ ਸਤਗੁਰ ਗਿਆਨ। ਮਹਾਰਾਜ ਤੇ ਇੱਕ ਰੋਜ਼ ਆਵਾਜ਼ਾਂ ਦਿੰਦੇ ਆਵੋ ਸਿੱਖ ਸਤਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ। ਗੁਰ ਸਤਗੁਰ ਕਾ ਜੋ ਸਿੱਖ ਖਾਇ ਸੋ ਪਲਕੇ ਉਤਰ ਨਾਮ ਤੇ ਆਵੇ ਉਦੰ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉੱਟਨਿਆਂ ਰ ਨਾਮ ਤੇ ਆਵੇ। ਹਜੂਰ ਪਾਤਸ਼ਾਹ ਦਾ ਬਚਨ ਹੈ ਤੇ ਸਿੱਖਾ ਤੂੰ ਰੋਜ਼ ਬਾਣੀ ਪੜ੍ਹਨੀ ਹੈ ਰੋਜ਼ ਨਿਤਨੇਮ ਕਰਨਾ ਹੈ ਰੋਜ਼ ਗੁਰਦੁਆਰੇ ਜਾਣਾ ਹੈ ਜਿਵੇਂ ਇੱਕ ਵਿਦਿਆਰਥੀ ਸਕੂਲੇ ਰੋਜ਼ ਜਾਂਦਾ ਹੈ ਨਾ ਤੇ ਸਾਲ ਬਾਅਦ ਉਹਦਾ ਰਿਜ਼ਲਟ ਆਉਂਦਾ ਹੈ ਇਸੇ ਤਰੀਕੇ ਨਾਲ ਪਾਤਸ਼ਾਹ ਨੇ ਸਾਨੂੰ ਸਮਝਾਇਆ ਭਾਈ ਸਿੱਖੋ ਰੋਜ਼ ਗੁਰਦੁਆਰੇ ਜਾਣਾ ਹੈ ਮਹਾਰਾਜ ਨੇ ਅੱਜ ਜੋ ਬਚਨ ਕੀਤਾ ਇੱਕ ਦੋ ਜੀਪੋ ਲੱਖ ਹੋਵੇ ਲੱਖ ਹੋਵੇ ਲੱਖ 20 ਹਜੂਰ ਪਾਤਸ਼ਾਹ ਕਹਿੰਨ ਲੱਗੇ ਜੇ ਇੱਕ ਤੋਂ ਲੱਖਾਂ ਜੀਵਾਂ ਹੋ ਜਾਣ ਤੇ ਲੱਖਾਂ ਤੋਂ 20 ਲੱਖ ਬਣ ਜਾਣ ਪਰ ਕਹਿਣ ਲੱਗੇ ਇੰਨਾ 20 ਲੱਖ ਜੀਵਾ ਨਾਲ ਵੀ ਅਕਾਲ ਪੁਰਖ ਦੇ ਨਾਮ ਨੂੰ 1 ਲੱਖ ਵਾਰੀ ਵੀ ਕੋਈ ਆਖ ਲਵੇ ਜੇ ਕੋਈ ਕਵੇ ਨਾ ਮੈਂ ਲੱਖਾਂ ਵਾਰੀ ਕਹਿ ਦਿੱਤਾ ਜੇ ਕੋਈ ਕਵੇ ਮੈਂ ਇੰਨੇ ਵਾਰੀ ਜਪ ਲਿਆ ਜੀ ਜਿਵੇਂ ਲੋਕ ਗਿੰਤੀਆਂ ਬਿੰਤੀਆਂ ਚ ਪੈਂਦੇ ਨੇ ਕਿ ਮੈਂ ਇੰਨੇ ਪਾਠ ਕੀਤੇ ਤੁਸੀਂ ਦੇਖਣਾ ਕਈ ਵਾਰ ਕਿਸੇ ਨੂੰ ਪੁੱਛੀਏ ਨਾ ਕਿ ਅੱਜ ਕਿੰਨੇ ਜੀ ਮੈਂ 40 ਪਾਠ ਕੀਤੇ ਹੁਣ ਪੁੱਛਣ ਵਾਲਾ ਹੋਵੇ ਪਾਠ ਤੂੰ ਕਰ ਰਿਹਾ ਸੀ ਤੇ ਗਿਣਤੀ ਕੌਣ ਕਰ ਰਿਹਾ ਸੀ ਜਾ ਤੱਕ ਕੋਈ ਗੋਣਤੀ ਲਈ ਕੋਈ ਲਾਗੇ ਬੈਠਾ ਹੋਵੇ ਗਿਣਤੀ ਵੀ ਮੈਂ ਹੀ ਕਰ ਰਿਹਾ ਤੇ ਤੇਰਾ ਫਿਰ ਮਤਲਬ ਪਾੜ ਚ ਧਿਆਨ ਨਹੀਂ ਹੈ ਸੰਗਤ ਜੀ ਬੇਨਤੀ ਹੈ ਮੈਨੂੰ ਇੱਕ ਬੜੀ ਸੋਹਣੀ ਗੱਲ ਯਾਦ ਆ ਗਈ ਅਰਵਿੰਦranath ਟੈਗੋਰ ਜੀ ਦਾ ਆਪਜੀ ਦੇ ਨਾਮ ਨਾਲ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਮੈਂ ਟੁਕ ਜੇ ਮਾਤਰ ਬਾਤ ਕਹਿਣੀ ਉਹਨਾਂ ਬੰਬੇ ਇੱਕ ਜਗ੍ਹਾ ਭਾਸ਼ਣ ਦੇਣਾ ਸੀ ਉੱਥੇ ਕੋਈ ਨੌਜਵਾਨ ਵੀ ਆਇਆ ਉਸ ਨੌਜਵਾਨ ਨੇ ਰਜਿਸਟਰ ਦੇ ਉੱਤੇ ਐਂਟਰੀ ਕੀਤੀ ਤੇ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਾਇਆ ਰਵਿੰਦਰਨਾਥ ਟੈਗੋਰ ਜੀ ਕਹਿਣ ਲੱਗੇ ਕਾਕਾ ਤੂੰ ਆਪਣੇ ਨਾਮ ਦੇ ਨਾਲ ਸਿੰਘ ਲਾਇਆ ਹੈ ਤੂੰ ਕਿੱਥੋਂ ਦਾ ਸਿੰਘ ਹੈ ਪੰਜਾਬ ਦਾ ਹੈ ਕਿ ਯੂਪੀ ਬਿਹਾਰ ਦਾ ਹੈ ਕਿਉਂਕਿ ਤੁਸੀਂ ਦੇਖਣਾ ਜਿਹੜੇ ਯੂਪੀ ਬਿਹਾਰ ਦੇ जाट ਲੋਕ ਨੇ ਨਾ ਜਾਂ ਯਾਦਵ ਲੋਕ ਨੇ ਉਹ ਵੀ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਾਉਂਦੇ ਨੇ ਉਹ ਕਹਿਣ ਲੱਗਾ ਬੜੇ ਮਾਣ ਦੇ ਨਾਲ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ ਰਵਿੰਦਰਨਾਥ ਟੈਗੋਰ ਬੜੇ ਖੁਸ਼ ਹੋਏ ਕਹਿਣ ਲੱਗੇ ਮੈਂ ਤੇਰੇ ਨਾਲ 2 ਮਿੰਟ ਗੱਲਬਾਤ ਕਰਨੀ ਹੈ ਤਗੋਰ ਸਾਹਿਬ ਨੇ ਪੁੱਛਿਆ ਕਿ ਕਾਕਾ ਤੂੰ ਕਦੇ ਜਪਜੀਤ ਸਾਹਿਬ ਦਾ ਪਾਠ ਕੀਤਾ ਕਹਿਣ ਲੱਗਾ ਤਗੋਰ ਸਾਹਿਬ ਰੋਜ਼ ਤਾਂ ਨਹੀਂ ਕਰਦਾ ਕਦੇ-ਕਦਾਈ ਕਰ ਲੈਣਾ ਕਹਿਣ ਲੱਗੇ ਠੀਕ ਹੈ ਕਹਿਣ ਲੱਗੇ ਤੇਰੇ ਘਰ ਚ ਕੋਈ ਹੋਰ ਕਰਦਾ ਹੈ ਕਹਿਣ ਲੱਗੇ ਹਾਂ ਤਗੋਰ ਸਾਹਿਬ ਮੇਰੀ ਮਾਂ ਰੋਜ਼ ਪਾਠ ਕਰਦੀ ਹੈ ਜਿੰਨਾ ਚੱਕਰ ਉਹ ਪਾਠ ਨਾ ਕਰ ਲੈ ਸਾਡੇ ਘਰ ਦੇ ਵਿੱਚ ਉਹਨਾਂ ਚੱਕਰ ਖਾਣਾ ਨਹੀਂ ਬਣਦਾ ਕਹਿਣ ਲੱਗੇ ਬਹੁਤ ਚੰਗੀ ਗੱਲ ਹੈ ਫਿਰ ਤੇ ਅਗੋਂ ਤਗੋਰ ਸਾਹਿਬ ਕਹਿਣ ਲੱਗੇ ਕਾਕਾ ਨਾ ਤੇ ਤੂੰ ਕਦੇ ਪਾਠ ਪੜਿਆ ਤੇ ਨਾ ਤੇਰੀ ਮਾਂ ਨੇ ਇੱਕ ਚੱਜ ਨਾ ਕਦੇ ਪਾਠ ਪੜਿਆ ਕਹਿਣ ਲੱਗਾ ਟਗੋਰ ਸਾਹਿਬ ਕਿੱਦਾਂ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਸਤਿਕਾਰ ਦੇ ਰਿਹਾ ਤੁਸੀਂ ਮੇਰੀ ਤੋਹੀਨ ਕਰ ਰਹੇ ਉਹ ਕਹਿਣ ਲੱਗੇ ਕਾਕਾ ਤੋਹੀਨ ਨਹੀਂ ਕਰ ਰਿਹਾ ਜਪਜੀ ਸਾਹਿਬ ਦਾ ਪਾਠ ਕਹਿਣ ਲੱਗਾ ਮੈਂ ਵੀ ਇੱਕ ਵਾਰੀ ਪੜਿਆ ਸੀ ਜਿਸ ਦਿਨ ਮੈਂ ਜਪਜੀ ਸਾਹਿਬ ਦਾ ਪਾਠ ਨੂੰ ਧਿਆਨ ਨਾਲ ਪੜਿਆ ਵਿਚਾਰ ਵਿਚਾਰ ਕੇ ਪੜਿਆ ਉਸ ਦਿਨ ਮੈਂ ਪ੍ਰਣ ਕਰ ਲਿਆ ਸੀ ਕਿ ਅੱਜ ਤੋਂ ਬਾਅਦ ਮੈਂ ਦਾੜੀ ਕਿਸ ਨਹੀਂ ਕਟਾਵਾਂਗਾ ਤੁਸੀਂ ਟਗੋਰ ਸਾਹਿਬ ਦੀ ਕੋਈ ਫੋਟੋ ਦੇਖ ਲਿਓ ਉਨ੍ਹਾਂ ਦੇ ਭਾਵੇਂ ਸਿਰ ਦੇ ਉੱਤੇ ਪੱਗ ਨਹੀਂ ਬੰਨੀ ਪਰ ਦਾੜੀ ਕੇਸ ਰੱਖੇ ਹੋਏ ਨੇ ਕਹਿਣ ਲੱਗੇ ਕਾਕਾ ਆ ਜਿਹੜੇ ਤੂੰ ਕੇਸ ਕਤਲ ਕਰਾਏ ਹੋਏ ਆ ਨਾ ਜੇ ਤੂੰ ਜਪਜੀਤ ਸਾਹਿਬ ਦਾ ਪਾਠ ਧਿਆਨ ਨਾਲ ਪੜਿਆ ਹੁੰਦਾ ਤੇ ਤੂੰ ਕਦੇ ਆਪਣੇ ਕੇਸ ਕਤਲ ਨਾ ਕਰਾਂਦਾ ਫਿਰ ਅੱਗੋਂ ਉਸ ਨੌਜਵਾਨ ਨੇ ਬੜੀ ਸੋਹਣੀ ਗੱਲ ਆਕੀ ਕਹਿਣ ਲੱਗਾ ਟਗੋਰ ਸਾਹਿਬ ਅੱਜ ਤੱਕ ਕੋਈ ਤੁਹਾਡੇ ਵਰਗਾ ਧਰਮੀ ਬੰਦਾ ਬਾਣੀ ਨਾਲ ਜੁੜਿਆ ਹੋਇਆ ਬੰਦਾ ਕੋਈ ਸੱਚੀ ਰੂਹ ਨਹੀਂ ਮਿਲੀ ਸੀ ਅੱਜ ਤੋਂ ਬਾਅਦ ਮੈਂ ਪ੍ਰਣ ਕਰਦਾ ਅੱਜ ਤੋਂ ਬਾਅਦ ਮੈਂ ਆਪਣੇ ਕੇਸ ਨਹੀਂ ਕਤਲ ਕਰਾਵਾਂਗਾ ਕੈਨ ਤੋਂ ਪਾ ਮਾਰੇ ਕਹਨ ਲੱਗੇ ਲੱਖ ਲੱਖ ਗੇੜਾ ਆਖੀਆਂ ਕੋਈ ਲੱਖਾਂ ਵਾਰ ਵੀ ਕਹਿ ਲਵੇ ਇਹ ਖਿਆਲ ਕਰੇ ਕਿ ਮੈਂ ਉਦਮ ਕਰਕੇ ਆਸਰੇ ਨਾਲ ਪਰਮਾਤਮਾ ਅਕਾਲ ਪੁਰਖ ਦਾ ਅੰਤ ਪਾ ਲਵਾਂਗਾ ਮਾਰੇ ਕਹਨ ਲੱਗੇ ਇੱਕ ਨਾਮ ਜਗਦੀਸ਼ ਕਹਨ ਲੱਗੇ ਇਹ ਸਿਰਫ ਤੇ ਸਿਰਫ ਝੂਠਾ ਹੰਕਾਰ ਹੋਏਗਾ ਝੂਠਾ ਗਿਆਨ ਹੋਏਗਾ ਐਦਾਂ ਰੱਬ ਨਹੀਂ ਮਿਲਦਾ ਐਦਾਂ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਰੱਬ ਨੂੰ ਪਾਉਣ ਦਾ ਜਿਹੜਾ ਤਰੀਕਾ ਹੈ ਉਹ ਭੋਲੇ ਪਾਏ ਮਿਲੇ ਰਗਰਾਇਆ ਉਹ ਰੱਬ ਤਾਂ ਪ੍ਰੇਮ ਦੀ ਭਗਤੀ ਪ੍ਰੇਮ ਦੀ ਬਾਸ਼ਾ ਪ੍ਰੇਮ ਦੇ ਨਾਲ ਮਿਲਦਾ ਹੈ ਇਹ ਤਰਾਪਤ ਪੌੜੀਆਂ ਕਹਿਣ ਲੱਗੇ ਜੇ ਕੋਈ ਇਸ ਰਸਤੇ ਤੇ ਪਰਮਾਤਮਾ ਨਾਲੋਂ ਵਿਤ ਦੂਰ ਕਰਨ ਵਾਲੇ ਰਾਹ ਦੇ ਉੱਤੇ ਚੱਲਣ ਲੱਗ ਜਾਏ ਚੜੀਏ ਹੋਇਆ ਕਿਸ ਕਹਿਣ ਲੱਗੇ ਅਕਾਲ ਪੁਰਖ ਨੂੰ ਮਿਲਣ ਵਾਸਤੇ ਕੋਈ ਇਹੋ ਜਿਹੇ ਪੌੜੀਆਂ ਤੇ ਚੜ ਪਵੇ ਉਹਨਾਂ ਨੂੰ ਆਪਣਾ ਗਵਾ ਕੇ ਚੜ ਜਾਈ ਸਕੀਦਾ ਕੀ ਕਰਨਾ ਪੈਗਾ ਆਪਾ ਅਗਵਾਣਾ ਪੈਗਾ ਸੁਣ ਗੱਲਾਂ ਆਕਾਸ਼ ਕੀ ਕਹਿਣ ਲੱਗੇ ਜੇ ਮੰਨ ਲੋ ਲੱਖਾਂ ਜੀਵਾ ਦੇ ਨਾਲ ਗਿਣਤੀ ਮਿੰਤੀ ਦਾ ਸਿਮਰਨ ਸਭ ਕੁਝ ਬਣਦਾ ਹੈ ਆਪਾ ਦੂਰ ਕਰਨ ਤੋਂ ਭਾਅ ਬਿਨਾ ਕੋਈ ਗਿਣਤੀ ਪਾਠਾਂ ਦਾ ਉਦਮ ਨਹੀਂ ਹੈ ਸਿਰਫ ਗਿਣਤੀ ਮਿੰਤੀ ਨੇ ਮੰਨ ਲੋ ਆਕਾਸ਼ਾਂ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਜਾਵੇ ਕਿ ਅਸੀਂ ਵੀ ਆਕਾਸ਼ ਤੇ ਪਹੁੰਚ ਜਾਾਂਗੇ ਉਦਾਹਰਨ ਦਿੱਤੀ ਹੈ ਕਿ ਜਿਹੜੇ ਕੀੜੇ ਨੇ ਉਹ ਆਕਾਸ਼ਾਂ ਦੀ ਇਹ ਗੱਲ ਸੁਣ ਕੇ ਰੀਸ ਕਰਨ ਲੱਗੇ ਜਿਵੇਂ ਕਹਿੰਦੇ ਨੇ ਹੁੰਦੇ ਸੀ ਰਿਸਕ ਕਰ ਸੜਨਾ ਪਰ ਕਹਿਣ ਲੱਗੇ ਰਿਸ ਵੀ ਕਿੱਥੇ ਉੱਥੇ ਤੱਕਰ ਹੀ ਚੰਗੀ ਲੱਗਦੀ ਏ ਜੇ ਗੱਲ ਸਾਡੇ ਹੱਥ ਵਾਸਤੇ ਹੋਵੇ ਹੁਣ ਕੀੜੇ ਰਿਸ ਕਰਨ ਸੁਣ ਕੇ ਅਸੀਂ ਆਕਾਸ਼ ਤੇ ਪਹੁੰਚ ਸਕਦੇ ਏ ਇਦਾਂ ਨਹੀਂ ਮਾਰੇ ਕਹਿਣ ਲੱਗੇ ਨਾਨਕ ਨਦਰੀ ਪਾਈ ਐ ਕੂੜੀ-ਕੂੜੇ ਠੀਸ ਗੱਲ ਤੇ ਇਹ ਹੈ ਨਾਨਕ ਜੇ ਅਕਾਲ ਪੁਰਖ ਦੀ ਮਿਹਰ ਹੋ ਜਾਏ ਨਾ ਉਹਦੀ ਨਦਰ ਹੋ ਜਾਏ ਉਪਾਵੇਂ ਫਿਰ ਭਗਤ ਤਨਹਾ ਜੀ ਵਰਗੇ ਭਗਤ ਰਵਦਾਸ ਜੀ ਵਰਗੇ ਸਵਾਗਤ ਨਾਮਦੇਵ ਜੀ ਜਿਨ੍ਹਾਂ ਨੇ ਮੰਦਰ ਨੂੰ ਕੁਵਾ ਦਿੱਤਾ ਜਿਉਂ-ਜਿਉਂ ਨਾਮਾ ਹਾਰ ਗੋਨ ਉਚਰੇ ਭਗਤ ਜਨਾ ਕਾ ਦਿਉਰਾ ਫਿਰੇ ਗਲਤੇ ਹੈ ਭਾਵਨਾ ਦੇ ਨਾਲ ਮਿਹਰ ਦੀ ਨਜ਼ਰ ਹੋ ਜਾਏ ਜਿਨਾਂ ਤੇ ਵਾਹਿਗੁਰੂ ਦੀ ਨਜ਼ਰ ਹੋ ਜਾਏ ਉਹ ਫਿਰ ਕੱਚ ਤੋਂ ਕੰਚਨ ਵਰਗੇ ਬਣਾ ਦਿੰਦਾ ਹੈ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਮੁਕਤ ਭਇਓ ਬਾਸਾ ਕਹਣ ਲਗੇ ਜੇ ਉਹਦੀ ਨਦਰ ਹੋ ਜਾਏ ਨਾ ਫੇਰੀ ਕਿਰਪਾ ਹੋ ਸਕਦੀ ਹੈ ਵਾਹਿਗੁਰੂ ਕਿਰਪਾ ਕਰੇ ਸਾਡੇ ਤੇ ਵੀ ਉਸ ਪ੍ਰਮਾਤਮਾ ਦੀ ਨਦਰ ਮਿਹਰ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ